ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਤੋਂ ਆਪਾਂ ਕੀ ਆ ਵੀ ਡੇਲੀ ਵਲੌਗ ਸ਼ੁਰੂ ਕਰਨ ਲੱਗੇ ਹਾਂ, ਤਾਂ ਅੱਜ ਆਪਣਾ ਪਹਿਲਾ ਵਲੌਗ ਆ ਇਹ। ਤਾਂ ਆਪਣੇ ਨਾਲ ਹੁਣ ਹੈਗੇ ਆ ਰਾਜਪ੍ਰੀਤ ਬਾਈ ਹੈਪੀ, ਅਤੇ ਆਪਾਂ ਹੁਣ ਡੇਲੀ ਵਲੌਗ ਪਾਇਆ ਕਰਨੇ ਹਾਂ। ਅਤੇ ਹੁਣ ਆਪਾਂ ਚੱਲੇ ਹਾਂ ਬਠਿੰਡੇ, ਆਪਾਂ ਸਾਡੀ ਰੈਮ ਬਣ ਗਈ ਆ ਵੀ ਜਿਹੜਾ ਚਾਹੁੰਦੇ ਟਰੈਕਟਰ ਆਪਣੇ ਕੋਲ, ਉਹਦੀ ਜਿਹੜੀ ਓਰੀਜਨਲ ਸ਼ੋਅ ਆ ਉਹ ਥੋੜ੍ਹੀ ਖਰਾਬ ਹੋ ਰਹੀ ਆ, ਅਤੇ ਉਹ ਬਦਲ ਕੇ ਆਪਾਂ ਕਿਹਾ ਦੇਸੀ ਸ਼ੋਅ ਲਾਉਣੀ ਆ ਉਹਦੇ। ਅਤੇ ਬਾਕੀ ਤੁਹਾਨੂੰ ਦਿਖਾਉਣੇ ਆ ਬਠਿੰਡੇ ਉਹਨਾਂ ਦੇ ਰੇਟ ਪ੍ਰਾਈਜ਼ ਵਗੈਰਾ ਕੀ ਨੇ, ਅਤੇ ਆ ਜਾਓ ਫਿਰ ਤੁਹਾਨੂੰ ਆਪਾਂ ਬਠਿੰਡੇ ਦਿਖਾਉਣੇ ਹੁਣ। ਬਾਕੀ ਹੁਣ ਆਪਣਾ ਡੇਲੀ ਵਲੌਗ ਆਪਾਂ ਪਾਇਆ ਕਰਾਂਗਾ, ਜਦੋਂ ਵੀ ਕੋਈ ਨਵਾਂ ਆਪਾਂ ਇਨਵੈਂਸ਼ਨ ਕਰਿਆ ਕਰਾਂਗੇ, ਜਿੱਦਾਂ ਵੀ ਕੋਈ ਸਮਾਨ ਵਗੈਰਾ ਬਣਾਇਆ ਕਰਾਂਗੇ ਜਾਂ ਕੋਈ ਕਲੈਕਸ਼ਨ ਜਾਂ ਕੋਈ ਸਾਨੂੰ ਕੋਈ ਨਵੀਂ ਚੀਜ਼ ਮਿਲਦੀ ਆ, ਤਾਂ ਆਪਾਂ ਵਲੌਗ ਬਣਾਇਆ ਕਰਾਂਗੇ। ਅਤੇ ਜੇ ਸਾਨੂੰ ਕੋਈ ਵਿੱਚ ਕੋਈ ਮਤਲਬ ਵੀਡੀਓ ਦਾ ਕੋਈ ਵਧੀਆ ਕਨਸੈਪਟ ਮਿਲਦਾ ਹੈਗਾ, ਤਾਂ ਆਪਾਂ ਉਹ ਕਨਸੈਪਟ 'ਤੇ ਵੀਡੀਓ ਬਣਾਇਆ ਕਰਾਂਗੇ। ਅਤੇ ਬਾਕੀ ਦੇਖਦੇ ਹਾਂ ਹੁਣ ਕਿੱਧਰ ਚੱਲਦਾ ਕੰਮ ਹੁਣ। ਤਾਂ ਮੇਰੇ ਵੀਰੋ, ਆਪਾਂ ਬਠਿੰਡੇ ਦੀ ਮੇਨ ਹੱਦ ਦੇ ਵਿੱਚ ਆ ਚੁੱਕੇ ਹਾਂ, ਅਤੇ ਹੁਣ ਆਪਾਂ ਇੱਥੋਂ ਮੁਲਤਾਨੀਆ ਪੁੱਲ ਚੜ੍ਹਾਂਗੇ, ਅਤੇ ਉਦੋਂ ਬਾਅਦ ਮਾਰਕੀਟ ਜਾ ਕੇ ਆਪਾਂ ਦੇਖਦੇ ਹਾਂ ਪ੍ਰਾਈਜ਼ ਵਗੈਰਾ, ਪੁੱਛਦੇ ਹਾਂ ਵੀ ਕੀ ਆ ਸ਼ੋਅ ਦੇ। ਦੇਖਣੀ ਰਿਹਾ ਹੈ ਵੀ ਗੱਡੀਆ ਉਹ ਆਪਣਾ ਕਿਲਾ ਸਾਹਿਬ ਆ। ਫੌਜੀ ਚੌਂਕ ਆ ਯਾਰ? ਨਹੀਂ ਨਹੀਂ, ਆਪਣਾ ਮੈਨੂੰ ਲੱਗਦਾ ਸੰਦੀਪ ਚੌਂਕ ਆ, ਕਿਹੜਾ ਪਾਇਦਾ ਹੈ ਕੱਢਦਾ ਫੌਜੀ ਆ। ਜਰਨੈਲ ਸਿੰਘ ਰਠੌਰ ਚੌਂਕ, ਸ਼ਹੀਦ ਜਰਨੈਲ ਸਿੰਘ। ਆਪਾਂ ਲੈਣੀ ਕਿੱਥੋਂ ਆ ਛਤਰੀ? ਬਾ ਸਾਹਮਣੇ ਆ ਦੁਕਾਨ ਆ ਜਾਣਾ, ਸਾਹਮਣੇ ਆ ਬਸ, ਇੱਧਰੋਂ ਮੁੜ ਕੇ ਮੰਡੀ 'ਚ। ਲਓ ਵੀ ਦੋਸਤੋ, ਆਪਾਂ ਮੇਨ ਮਾਰਕੀਟ ਵਿੱਚ ਆ ਗਏ ਹਾਂ, ਬਸ ਥੋੜ੍ਹਾ ਜਿਹਾ ਹੋਰ ਗਾਂਹ ਜਾ ਕੇ ਮੇਨ ਮੰਡੀ 'ਚ ਜਾਣਾ ਗਾ। ਆਪਾਂ ਮੰਡੀ 'ਚੋਂ ਆਪਾਂ ਨੂੰ ਆਪਣਾ ਬਸ ਵੇਖੋ, ਆਹ ਦਿਖਾਓ। ਆ ਯਾਰ ਪਤਾ ਨਹੀਂ ਆਹ ਦਿਖਾਓ, ਠੀਕ ਹੈ ਟਾਓ ਬਸ। ਆ ਬਸ ਤਾਮਿਲਨਾਡੂ ਦੀ ਹੈ, ਤਾਮਿਲਨਾਡੂ ਆ ਲਿਖੇ ਪਿਆ ਉਮਰੇ, ਨਾ ਨਾ ਵੈਸਟ ਬੰਗਾਲ ਦੀ ਆ, ਵੈਸਟ ਬੰਗਾਲ WT। ਇਹ ਤਾਂ ਮੈਨੂੰ ਲੱਗਦਾ ਬਾਈ ਕੋਈ ਸ਼ੋਅ ਸ਼ੂ ਲਾਉਣ ਆਏ ਹੋਣੇ ਇੱਥੇ। ਸ਼ੋਅ ਸ਼ੂ ਕੀ ਬਾਲੀ ਤਗੜੀ ਬਸ ਆ ਇਹਦਾ, ਹਨਾ। ਲਓ ਵੀ ਦੋਸਤੋ, ਗੱਡੀ ਲੱਗ ਗਈ ਆਪਣੀ ਪਾਰਕਿੰਗ 'ਚ, ਅਤੇ ਆਹ ਸ਼ੋਪ ਆ ਬਾਈ ਦੀ, ਅਤੇ ਬਾਈ ਨੂੰ ਦੱਸਿਆ ਆਪਾਂ ਲੈਣ ਗਿਆ ਬਾਈ, ਲੈਣ ਗਿਆ ਬਾਈ ਬੋਨਟ 'ਤੇ, ਦੇਖਦੇ ਹਾਂ ਬੋਨਟ ਕਿਹੋ ਜਿਹਾ ਕੀ ਪ੍ਰਾਈਜ਼ ਵਗੈਰਾ ਦਿੰਦੇ ਆ। ਆ ਗਿਆ ਰਾਜਪ੍ਰੀਤ, ਰਾਜਪ੍ਰੀਤ ਝੋਟਾ ਆ ਚੁੱਕਿਆ ਉਹ ਖੜਕਾ ਤੜਕਾ ਕਾਫੀ ਹੋ ਰਿਹਾ। ਬਈ ਆਪਣਾ ਨਾ ਉਹ ਹੈਗਾ 50 ਬੈਲੀ ਹੈਗਾ, 50 ਬੈਲੀ ਲੱਗ ਜੂਗਾ ਮੇਰਾ, ਲੱਗ ਜੂ ਯਾਰ। ਇਹ ਨਾ ਪੱਤੀਆਂ ਪੁੱਤੀਆਂ ਨੀ ਹੁੰਦੀਆਂ ਨਾ, ਅੱਛਾ ਮਿਲ ਤਾਂ ਜਾਣਗੀਆਂ ਬੋਨਟਿਆ ਤਾਂ ਮਿਲ ਗਿਆ, ਛਤਰੀ ਨੀ ਮਿਲੀ ਆਪਾਂ ਨੂੰ, ਉਹ ਆਪਣਾ ਸੌਰੀ ਜਾਲੀ ਨਹੀਂ ਮਿਲੀ।
ਤੇ ਪੁੱਛਦੇ ਆ ਬਾਈ ਤੂੰ ਰੇਟ ਰੂਟ ਕੀ ਆ ਇਹਦਾ ਕਰਦੇ ਆ ਗੱਲਬਾਤ ਪੁਰਾਣੇ ਤੁਹਾਨੂੰ ਪੈਸੇ ਦੱਸੇ ਵੀ 700 ਰੁਪਇਆ ਲੱਗ ਜੂਗਾ ਉੱਥੋਂ ਮੰਗਾ ਕੇ ਦੇਵਾਂਗੇ 1000 ਰੁਪਇਆ ਲੱਗੂਗਾ ਆਪਾਂ ਨੂੰ ਇਹ ਬੋਨਟ ਮਿਲ ਗਿਆ ਹੈਪੀ ਦਿਖਾਈ ਵਾਲਿਆਂ ਬੋਨਟ ਤਾਂ ਮਿਲ ਗਿਆ 700 ਦਾ ਥੋੜਾ ਮੋਟਾ ਸਕ੍ਰੈਚ ਆ ਸਕ੍ਰੈਚ ਕਰਕੇ ਲੈਸ ਕਰਤਾ ਬਾਕੀ ਰਿਪੇਅਰ ਕਰ ਲਾਂਗੇ ਮੋੜ ਦਾ ਟਰਾਲਾ ਪਾਇਆਗਾ ਮੋੜ ਲੈਣਾ ਹੀ ਯਾਰ ਲੈ ਆਏ ਨੂੰ ਬੰਦਾ ਗਲਤ ਆ ਯਾਰ ਹੈਪੀ ਡਰਾਈਵਰ ਡਰਾਈਵਰ ਇਹਦਾ ਸੰਸਕ੍ਰਿਤ ਪਹਿਲਾਂ ਤਾਂ ਇਹ ਦੱਸਦੇ ਆ ਸੀ ਹਾਂ ਇਹ ਬੰਦੇ ਦਾ ਮੜਾ ਸ਼ਕਲ ਦੇਖ ਲਓ ਜੀ ਇਹਨਾਂ ਦੀ ਆ ਸ਼ਕਲ ਦੇਖ ਲਓ ਜੀ पक्का लादा ना यार ठेका किथे है ओ सामने ना ठेका नहीं कहना ठेका ठेका तो कोई ना कोई ठेके दे नाल वाली दुकान है ओ मेरे ओ तोरे अगला तो सुनने वाला कोई बैठे नहीं ठेके दी जांदे ओए उन्हें ओ ठेका कह देना ओ दिमाग रह जाए ठेके दे नाल वाली दुकान है पीछे ही आ दोस्तों मैं मुड़ पी इधर नु राइट मुड़ पी ओदू गा के इथों ओ गा गा इधर ही मुड़ ला यार ले ओतों दी चौके च घुमा ला ओ पैप जी चना मारी होए भाई इधर एक घुमा के लेफ्ट मुड़ दे बाकी कंडीशन वगैरह वधिया होवे तां बाकी ओ मेरे हिसाब नाल नवीं होगी ਇਹਦਾ ਥੋੜਾ ਟਾਈਮ ਬਾਅਦ ਖਣੀ ਮਿਲਾ ਉਹਨੂੰ ਲੱਗੀ ਲੁੱਕੀ ਕਰਕੇ ਹੈਗਾ ਉਹ ਪਈ ਸਾਫ ਆਪ ਮੜਮੜ ਚੀਟਾਂ ਮੜਮੜ ਚੀਟਾਂ ਹੀ ਮੰਗੀ ਸੀ ਆਪਣੇ ਤੋਂ ਇਹ ਉੱਥੇ ਵਾਲੇ ਗੋਣੀ ਵਾਲੇ ਨੇ 1100 1100 ਮੰਗਿਆ ਸੀ 1100 ਮੰਗਿਆ ਸੀ 1100 ਮੰਗਿਆ ਸੀ ਇੱਧਰ ਲਾ ਲਾ ਰਾਏ ਵੀ ਨਾਲ ਹੀ ਲਾ ਲਾ ਨਾਲ ਨਾਲ ਇੱਥੇ ਲੈਣਾ ਹਾਂ ਇੱਥੋਂ ਲੈਣਾ ਦੁਕਾਨ ਨੁੱਕਰ ਵਾਲੀ ਹੈ ਮਾ ਇੱਥੇ ਤਾਂ ਬਾਵਾ ਕੁਝ ਜਿਆ ਰੱਖੀ ਬੈਠੇ ਆ अपने जाली मिल जूगी ट्रैक्टर वाली ट्रैक्टर दी ओ मोरे लगी हुंदी जड़ी हां हां ट्रैक्टर जोंडी यार जाली जा के की कल्ले आए लाई आ पहले ले आई यार भाई बन काम बनाना कट दे सही बात लग रही है लो भाईओ आपा हुन उड़ रहे हैं आसमान च हां सत्ता ओही काम कर ओही सत्ता आसमान च ही आपा बढ़ती जा चल ठीक है भैया किड़े माले ते आना भाई उपरले दे टॉप फ्लोर ते आना कहंदे आर के सिखो दा विच पोर आई जांदा बल्टा उल्टा आ मोटर ते चलदा जगाड़ लै भाई जकी फोर के जन कड़ी पे पता नहीं केड़ा यार एदा बस में सी कोवे चलाता हां लै भाई छतरियां छतरियां अपना की आ बोनट वगैरह सारे टापे पए ने हेलो ਫਰਿੱਜ ਵੀ ਪਈ ਹੈ ਉਹ ਛੋਟੇ ਨੂੰ ਟਰਾਲੀ ਦਾ ਸਪਣਾ ਸਾਡੇ ਦੀ ਲੱਗਿਆ ਕਿ ਨਹੀਂ ਲਾ ਆ ਗਿਆ ਆਪਣੀ ਜਾਲੀ ਵੱਡੇ ਰੇਟਰ ਆਉਂਦੇ ਆ ਓਏ ਹਾਂ ਹੈਪੀ ਓਏ ਇੱਕ ਉਹ ਪਈ ਓਏ ਆ ਰੇਟ ਆ ਯਾਰ ਆ ਕਿੰਨੇ ਦਾ ਤੇਰਾ ਵੱਡੀ ਨਹੀਂ ਯਾਰ ਜਾਲੀ ਮੇਰੇ ਨਾਲ ਨਾ ਯਾਰ ਲੈ ਲਿਆ ਚੱਲ ਨਾਲ ਚੱਕ ਲਿਆ ਉਹ ਬਾਈ ਕੇ ਜੇ ਕਹਿਤਾ ਰੱਖ ਲਾਂਗੇ ਤਾਂ ਫਿਰ ਆਪਾਂ 2-300 ਰੁਪਏ ਨਾਲ ਦੇ ਦਾਂਗੇ ਹੋਰ ਨਹੀਂ ਸਪੀਕਰ ਲੈਣਾ ਨਾਲ ਜਾਂ ਸਪੀਕਰ ਮੈਨੂੰ ਲੱਗਦਾ ਬਾਬੇ ਮਹਿੰਗਾ ਹੋਊਗਾ ਚੌੜਾ ਹੋਵੇ ਨਾ ਓਏ ਬਾਈ ਉਹਨੂੰ ਹਲਕਾ ਹੁੰਦਾ ਕੀ ਉਹ ਜੋ ਵੇਚ ਚ ਇਹ ਹਲਕਾ ਇਹ ਕਿਵੇਂ ਚੱਕ ਕੇ ਵੇਚ ਉਨਾ ਹੀ ਹੈ ਇਹ ਹੱਥ ਨਾਲ ਬਾਹਰ ਕੱਢੀ ਹੋਇਆ ਹੈ ਕਿ
ਉਸ ਤੋਂ ਆਪਾਂ ਨੂੰ ਜਾਲੀ ਤੇ ਬੋਨਟ ਮਿਲ ਗਿਆ ਇਹ ਆਪਾਂ ਤੁਸੀਂ ਦੇਖ ਸਕਦੇ ਹੋ ਉਹ ਪਿਛਲੀ ਜਾਲੀ ਹੈ ਜਾਂ ਇਹਦਾ ਬੋਨਟ ਹੈ ਆ ਜਾਲੀ ਹੈ ਬਰਨਟ ਆ ਤਾਂ ਵਾਲਾ ਐਪੀ ਕਿੰਨੇ ਦੇ ਪੈ ਗਏ ਦੋਵੇਂ ਆਪਾਂ ਇਹ ਆਪਾਂ ਦੋਨੇ 2000 ਦੇ ਪੈ ਗਏ ਲੈਸ ਕਰਵਾ ਕੇ ਆ ਆਪਾਂ ਥੋੜਾ ਸਾਈਜ਼ ਵੱਡਾ ਲੈ ਕੇ ਆਏ ਹਨਾ ਹਾਂ ਇਹ ਵੱਡਾ ਥੋੜਾ ਜਿਹਾ ਜੇ ਥੋੜਾ ਜਿਹਾ ਆਪਣਾ ਜੰਡੇਰ ਦਾ ਸਾਈਜ਼ ਵੱਡਾ ਕੀਤਾ ਗਾ ਉਹ ਉਹਦੇ ਨਾਲ ਬਦਲਣਾ ਕੀਤਾ ਉਹ ਕਹਿੰਦੇ ਜੇ ਵੀ ਛੋ ਵੱਡਾ ਹੋਇਆ ਫਿਰ ਬਦਲਾ ਕੇ ਲੈ ਜਾਓ ਛੋਟਾ ਲੈ ਜਾਓ ਇਹ ਦੇਖੋ ਬਾਕੀ ਆਪਾਂ ਦੇਖਦੇ ਆ ਫਿੱਟ ਕਰਕੇ ਵੀ ਸੈਟਿੰਗ ਆਉਂਦੀ ਹੈ ਤਾਂ ਠੀਕ ਹੈ ਨਹੀਂ ਫਿਰ ਆਪਾਂ ਨੂੰ ਚੇਂਜ ਕਰਵਾਉਣਾ ਪੈਣਾ ਹੈ ਤਾਂ ਬਈ ਸਮਾਨ ਲਿਆ ਆਪਾਂ ਹੁਣ ਲੈ ਤੇ ਹੁਣ ਆਪਾਂ ਚੱਲੇ ਆ ਪਿੰਡ ਵਾਪਸ ਸ਼ਾਮ ਵੀ ਹੋ ਚੁੱਕੀ ਆ ਤੇ ਬੈਟਰੀ ਵੀ ਫੋਨ ਦੀ ਥੋੜੀ ਡਾਊਨ ਆ ਤੇ ਆਪਾਂ ਚਾਰਜ ਹੋ ਜੂ ਤੇ ਲਾਉਣਾ ਫੋਨ ਤੇ ਬਾਕੀ ਬਲੌਗ ਤੁਹਾਨੂੰ ਦਿਖਾਉਣੇ ਆ ਫਿਰ ਚਾਰਜ ਲਾ ਕੇ ਕੀ ਬੰਦ ਹੈ ਆ ਜੱਗੀ ਨੂੰ ਫੜਾਤੀ ਗੱਡੀ ਤੇ ਇਹਨੇ ਕੀ ਲਾਉਂਦਾ ਰੰਗ ਇਹ ਸਹੀ ਹੈ ਚੱਲ ਚੱਲ ਇੱਧਰ ਰੱਖ ਚੱਲ ਇਸ ਕਰ ਸਹੀ ਹੈ ਰੇਸ ਕਰ ਦੇ ਰੇਸ ਕਰੀ ਬਿਟ ਕਲਾ ਛੱਡ ਦੇ ਕਲਾ ਛੱਡਤਾ ਬਸ ਇੱਕ ਸਾਈਡ ਰੱਖ ਬਈ ਆਠੇ ਕਾ ਸਾਈਡ ਦੇ ਹੈ ਯਾਰ ਓਏ ਆਠੇ ਭਈਆ ਲੈਣਾ ਕੀ ਹੈ ਲੈ ਓਏ ਓਏ ਇੱਧਰ ਕਿੱਧਰ ਲੈਣਾ ਭਰਾਵਾ ਲੈ ਸਹੀ ਹੈ ਸਹੀ ਹੈ ਜਗੀ ਮਗਰ ਟਰਾਲਾ ਟਰੂਲਾ ਨਾ ਧਿਆਨ ਨਾ ਚਲਾਈ ਨਾ ਮੋਟਰਸਾਈਕਲਾਂ ਤੋਂ ਦੂਰ ਹੀ ਰੱਖ ਭਰਾਵਾ ਐਵੇਂ ਕੋਈ ਰਗੜ ਦੇਗਾ ਜਾਂਦਾ ਰਾਹ ਜਗੀ ਮਗਰ ਆਉਂਦੀ ਹੈ ਗੱਡੀ ਭਰਾ ਇੱਧਰ ਰੱਖ ਇਹ ਕੱਕੂ ਵੀ ਆਉਂਦੀ ਹੈ ਯਾਰ ਓਏ ਕੋਈ ਨਹੀਂ ਕੱਲੀ ਟੱਪੇ ਟੱਪੂ ਮੈਂ ਤੁਮਾ ਕੱਲੀ ਲਾਉਣਾ ਲੋ ਬਈ ਜਗੀ ਚਲਾ ਰਿਹਾ ਗੱਡੀ ਇਹ ਛੱਡ ਦੇ ਮੈਨੂੰ ਲੱਗਦਾ ਵੀ ਡਿਵਾਈਡਰ ਟੱਪੂਗੀ ਗੱਡੀ ਉਰੇ ਨੂੰ ਉਰੇ ਨੂੰ ਵਾਲਾ ਇੱਧਰ ਨੂੰ ਜਾ ਰਹੀ ਯਾਰ ਗੱਡੀ ਓਏ ਭਰਾਵਾ ਬਈ ਜਾ ਨਹੀਂ ਰਹੀ ਲਿਜਾ ਰਹੇ ਆ ਤੂੰ ਇੱਧਰ ਨੂੰ ਓਏ ਇੱਧਰ ਨੂੰ ਕਰਖਾਂ ਯਾਰ ਡਿਵਾਈਡਰ ਤੇ ਕਿੱਧਰ ਲਈ ਆ ਆ ਪਿੱਛੇ ਆ ਕਿੱਧਰ ਆਉਣਾ ਲੋ ਬਈ ਆਪਾਂ ਘਰੇ ਆ ਗਏ ਸੀਗੇ ਤੇ ਆ ਜਿਹੜੀ ਆਪਾਂ ਇੱਕ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਸ਼ੋ ਇਹ ਪਿਆ ਆਪਾਂ ਬਦਲ ਕੇ ਦੂਜੀ ਲਿਆਂਦੀ ਸੀਗੀ ਇਹ ਇੱਕ ਤਾਂ ਰੰਗ ਨਹੀਂ ਮਿਲਦਾ ਸੀਗਾ ਇਹਦੇ ਨਾਲ ਤੇ ਇੱਕ ਆ ਜੌਂਡੀਅਰ ਵਾਲਾ ਲੋਗੋ ਹੈ ਨਹੀਂ ਸੀਗਾ ਤੇ ਇਹ ਆਪਾਂ ਕੱਲ ਨੂੰ ਫਿੱਟ ਕਰਾਂਗੇ ਵੈਸੇ ਸਾਨੂੰ ਹਨੇਰਾ ਹੋ ਗਿਆ ਸੀਗਾ ਮੁੜ ਕੇ ਬੈਟਰੀ ਡਾਊਨ ਹੋ ਗਈ ਮੁੜ ਕੇ ਵਲੌਗ ਬਣਾਇਆ ਨਹੀਂ ਗਿਆ ਇੱਕ ਇਹ ਚੀਜ਼ ਹੋ ਗਈ ਤੇ ਇੱਕ ਤੁਹਾਨੂੰ ਦਿਖਾਉਣੇ ਆ ਉਹ ਜਿਹੜੀ ਆਪਾਂ ਨਾਲ ਲਿਆਂਦੀ ਸੀਗੀ ਇੱਕ ਆਹ ਚੀਜ਼ ਲਿਆਂਦੀ ਸੀਗੀ ਆਹ ਦੇਖੋ ਇੱਕ ਨਵਾਂ ਮੈਂਬਰ ਆਹ ਦੇਖੋ ਲੱਗਦਾ ਟੋਚਣਾ ਵਾਲਾ ਕੱਲ ਨੂੰ ਤਿਆਰ ਕਰਦੇ ਆ ਕੱਲ ਨੂੰ ਵਲੌਗ ਬਣਾਵਾਂਗੇ ਇਹਦਾ ਚਲੋ ਕੱਲ ਨੂੰ ਮਿਲਦੇ ਆ ਫਿਰ ਆਹ ਗੁਰਪ੍ਰੀਤ ਸੇਖੋਂ ਜੀ ਇੰਸਟਾਗ੍ਰਾਮ ਇਹ ਅੱਜ ਗਏ ਨਹੀਂ ਸਾਡੇ ਨਾਲ ਇਹਨਾਂ ਨੂੰ ਕੰਮ ਸੀਗਾ ਥੋੜਾ ਘਰੇ ਤੇ ਕੱਲ ਨੂੰ ਆਉਣਗੇ ਸਾਡੇ ਨਾਲ ਠੀਕ ਹੈ ਜੀ ਹਰ ਇੱਕ ਬਲੌਗ ਚ ਆਇਆ ਕਰਾਂਗੇ ਹਾਂ ਮਸ਼ਹੂਰ ਕਰ ਦਾਂਗੇ ਹਾਂ ਠੀਕ ਹੈ ਜੀ ਕੱਲ ਨੂੰ ਇਹ ਆਊਗਾ ਬਲੌਗ ਚ ਓਕੇ ਬਾਏ ਬਾਏ